जो है बाबा जी का शहीदी स्थान है वो बारे कुछ चैनलों ने मतलब रिपोर्टा दिखाई ने उस स्थान को ढा के तो उत्ते मुसीब अपने मस्जिद बनाने का विचार बनाया। असी सारी संगत इलाके की होर शब्दों च निंदा करते हैं उसकी, तो पंजाब गवर्नमेंट को सेंट्रल गवर्नमेंट को बेनती करते हैं कि अपना दखल दे के इस काम को रोकया जाए। सीधा पता लगा कि शहीदी स्थान ढाने का जो उत्थे करारा किया जा रहा है उस चीज़ में लैके इलाके दी संगतां वाला रोस इन्हों सारे गवर्नमेंट को बेनती है भी जेकर तुसा ना कोई स्टैंड लिया तो असी अपने तौर पर सख्त तो सख्त स्टैंड लवेंगे। ये वास्ते का कोई रिजल्ट गलत भी निकल सकता है। पाकिस्तानी नागरिक सुहेल भट्ट ते होर कब्जाकारियों खिलाफ कार्रवाई करने की मंग नूं लैके हुई विशेष मीटिंग की रिपोर्ट। सत श्री अकाल जी, ग्राउंड रिपोर्ट टीवी न्यूज इंडिया विच तुहाडा स्वागत है। अज असी उस महान शख्सियत दे जन्म स्थान गुरद्वारा जन्म स्थान शहीद बाबा भाई तारू सिंह जी पूला जो कि 18वीं सदी के महान सिख योधे होए ने जिन्हां ने सिख परंपरावां दे मुताबक ते गुरबाणी दे शब्दां सूरा सो पहचानिए जो लरे दीन के हेत पुरजा पुरजा कट मरे कबहुना छाडे खेत दे वचना ते पूरा उतरदिया होया 1 जुलाई सन 1745 नूं लाहौर दे 9 लखा विखे जिथे उस वेले दी मुगल हकूमत जकरिया खान वालों उन्हां नूं शहीद कर दिता गया सी। हुण उन्हां दे उत्थे बने दरबार दे संबंध विच ਉਥੋਂ ਦੇ ਇੱਕ ਸੁਹੇਲ ਭੱਟ ਨਾਂ ਦੇ ਵਿਅਕਤੀ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੇ ਸਥਾਨ ਨੂੰ ਢਾਉਣ ਬਾਰੇ ਜਿਸ ਤੇ ਚਰਚਾ ਹੈ ਉਸ ਤੋਂ ਬਾਅਦ ਪੂਰੇ ਸਿੱਖ ਜਗਤ ਅੰਦਰ ਜਿੱਥੇ ਚਰਚਾ ਚੱਲ ਰਹੀ ਹੈ ਇਸ ਗੱਲ ਦੀ ਨਿੰਦਾ ਹੋ ਰਹੀ ਹੈ ਕਿ ਭਾਈ ਸਾਹਿਬ ਦੇ ਸ਼ਹੀਦੀ ਸਥਾਨ ਨੂੰ ਢਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੇਸ਼ੱਕ ਉਥੋਂ ਦੀ ਸਰਕਾਰ ਤੱਕ ਵੀ ਇਹ ਗੱਲ ਤੇ ਇਥੋਂ ਦੀ ਸਰਕਾਰ ਤੱਕ ਵੀ ਪਹੁੰਚ ਚੁੱਕੀ ਏ। ਇਸੇ ਸੰਬੰਧ ਦੇ ਵਿੱਚ ਅੱਜ ਉਹਨਾਂ ਦੇ ਜਨਮ ਸਥਾਨ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਵਿਖੇ ਇਲਾਕੇ ਦੀਆਂ ਸੰਗਤਾਂ ਤੇ ਇਥੋਂ ਦੇ ਮੋਹਤਬਰ ਤੇ ਧਾਰਮਿਕ ਸਿੱਖਸ਼ੀਤਾਂ ਪੁੱਜੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਅੱਜ ਦੇ ਇਸ ਮਸਲੇ ਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ। ਪਹਿਲਾਂ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਜਿਹੜੇ ਭਾਈ ਪਰਮਜੀਤ ਸਿੰਘ ਜੀ ਰਿਸੀਵਰ ਨਿਯੁਕਤ ਕੀਤੇ ਗਏ ਨੇ ਉਹਨਾਂ ਦੇ ਨਾਲ ਜੋ ਗੁਰਦੁਆਰਾ ਸਾਹਿਬ ਵਿਖੇ ਬਤੌਰ ਸੇਵਾ ਨਿਭਾ ਰਹੇ ਨੇ ਮੈਨੇਜਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਜਗੀਰ ਸਿੰਘ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਜਨਮ ਸਥਾਨ ਪੂਲਾ ਨਗਰ ਤੋਂ ਬੇਨਤੀ ਕਰ ਰਿਹਾ ਕਿ ਇਸ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਲਾਹੌਰ ਦੇ ਵਿੱਚ ਜਿਹੜਾ ਹੈ ਬਾਬਾ ਜੀ ਦਾ ਸ਼ਹੀਦੀ ਸਥਾਨ ਹੈ ਉਹਦੇ ਬਾਰੇ ਕੁਝ ਚੈਨਲਾਂ ਨੇ ਮਤਲਬ ਰਿਪੋਰਟਾਂ ਦਿੱਤੀਆਂ ਨੇ ਉਸ ਸਥਾਨ ਨੂੰ ਢਾ ਕੇ ਅਤੇ ਉੱਥੇ ਮਸੀਬ ਆਪਣੇ ਮਸਜਿਦ ਬਣਾਉਣ ਦਾ ਵਿਚਾਰ ਬਣਾਇਆ। ਅਸੀਂ ਸਾਰੀ ਸੰਗਤ ਇਲਾਕੇ ਦੀ ਹੋਰ ਸ਼ਬਦਾਂ 'ਚ ਨਿੰਦਿਆ ਕਰਦੇ ਹਾਂ ਉਹਦੀ, ਅਤੇ ਪੰਜਾਬ ਗੌਰਮੈਂਟ ਨੂੰ ਸੈਂਟਰਲ ਗੌਰਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਦਖਲ ਦੇ ਕੇ ਇਸ ਕੰਮ ਨੂੰ ਰੋਕਿਆ ਜਾਵੇ ਅਤੇ ਉਹਨਾਂ ਸ਼ਹੀਦੀ ਸਥਾਨ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ ਅਤੇ ਸਾਰੀ ਸੰਗਤ ਵੱਲੋਂ ਬੇਨਤੀ ਆ ਵੀ ਸਾਡੀ ਪ੍ਰਵਾਨਗੀ ਕੀਤੀ ਜਾਵੇ। ਹੁਣ ਸਾਡੇ ਨਾਲ ਇਸ ਵਕਤ ਮੌਜੂਦ ਨੇ ਭਾਈ ਮਾਤਾ ਕੌਲਾਂ ਜੀ ਭਲਾਈ ਕੇਂਦਰ ਦੇ ਸੇਵਾਦਾਰ ਤੇ ਇੱਥੇ ਲੰਮੇ ਸੇਵਾ ਸਮੇਂ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਪਹੁਵਿੰਡ ਅਤੇ ਇਸ ਸਥਾਨ ਤੇ ਭਾਈ ਤਾਰੂ ਸਿੰਘ ਜੀ ਸ਼ਹੀਦ ਪੂਲਾ ਜੀ ਦੇ ਸਥਾਨ ਤੇ ਸੇਵਾ ਨਿਭਾ ਰਹੇ ਨੇ ਬਾਬਾ ਰਮਿੰਦਰ ਸਿੰਘ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਜੋ ਇਹ ਮਸਲਾ ਉੱਠਿਆ ਏ ਉਸ ਬਾਰੇ ਜੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਜੋ ਮੰਗ ਕੀਤੀ ਗਈ ਐਸ ਜੈਸ਼ੰਕਰ ਵਿਦੇਸ਼ ਮੰਤਰੀ ਨੂੰ ਤੇ ਉਸ ਤੋਂ ਬਾਅਦ ਜੋ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਇਸ ਨੂੰ ਲੈ ਕੇ ਉਹਦੇ ਬਾਰੇ ਬਾਬਾ ਜੀ ਕੀ ਸੋਚਦੇ ਨੇ ਉਹਨਾਂ ਤੋਂ ਜਾਣਦੇ ਆ। ਬਾਬਾ ਜੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਜਦੋਂ ਇਸ ਮੰਗ ਵਿਭਾਗੀ ਖਬਰ ਦਾ ਪਤਾ ਲੱਗਿਆ ਕਿ ਇਸ ਤਰ੍ਹਾਂ ਦੇ ਕਾਰਜ ਇਸ ਜਨਮ ਸਥਾਨ ਦੇ ਜਿੱਥੇ ਆਪਾਂ ਸਾਰੇ ਜਿੱਥੇ ਜਨਮ ਸਥਾਨ ਤਪ ਅਤੇ ਸੇਵਾ ਭਗਤੀ ਸਥਾਨ ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਨੇ 25 ਜੀਵਨ ਦੇ ਜਿਹੜੇ ਗੁਜ਼ਾਰੇ ਨੇ ਜੋ ਭਲੇ ਦੇ ਕਾਰਜ ਖੇਤੀਬਾੜੀ ਕਰਦਿਆਂ ਹੋਇਆਂ ਆਪਣੀ ਕਿਰਤ ਕਰਦਿਆਂ ਹੋਇਆਂ ਮਨੁੱਖਤਾ ਦੇ ਭਲੇ ਲਈ ਇੱਥੋਂ ਤੱਕ ਜਿਹੜਾ ਭਾਈ ਤਾਰੂ ਸਿੰਘ ਜੀ ਦੇ ਲੰਗਰ ਦੇ ਵਿੱਚ
रसोई का काम करने वाला वो एक मुसलमान भी रमजान नाम का सीर सी जिस दी कारण शहीदी का बनया वह भी एक मुसलमान की बेटी जिसका ना सलमा होने वाले मंगेत्र का ना सराज आया इतिहास के लिखा है वह जो मुगलिया हुकूमत के पट्टी के जड़े सन अहदेदार उस बच्ची लै गए सोहनी सुनखी वेख के तो उस प्यो ने फरियाद जो लाहौर की ना सुनी गई जकरिया खान के दरबार में तो फिर इतने आके शहीद भाई तारू सिंह जी जदों कलगी धर्मराज का वास्ता पा के तरला पाया तो उस 25 साल के शहीद भाई तारू सिंह उस समय के महान शहीद ने जो कुरबानी देन का जड़ा है कि उस बच्ची नू मुगलों तो छुड़ाउन लई कि जड़ा गुरु नानक के दर से आया है गुरु के सिख को आया है उसकी हर ही मदद की जाए उत्थे जाके जड़ी है उस कारण छुड़ाउन के कारण उस बच्ची नू भाई तारू सिंह जी फड़ के लाहौर लिजाया गया उत्थे जाके फिर खोपड़ी उतारी गई क्योंकि केस कट्टन का हुक्म सी उन्हें केस नहीं कटाए अपनी खोपड़ी लवा ली 22 दिन जीते रहे क्योंकि गुरसिख का जो वचन सी कि तीन जुत्तियां मार के अगे ला के जावांगा ते वो कलगी धर ने पूरा कराया भाई जो सरकार मतलब इस वक्त जो सरकार ने इथों दी ने हिंदुस्तान सरकार वालों जो कदम उठाए गए ने कैप्टन अमरिंदर सिंह दे ट्वीट तो बाद जो बयान आया वा विदेश मंत्रालय दे अपने श्री वास्तव वालों उहदे बारे की तुसीं मतलब समझदे जे ठीक कार्रवाई की जा रही अज उस वेले जो इस चीज़ का पता लगा कि शहीदी स्थान नूं ढाउण दा जो उत्थे करारा किया जा रहा है उस चीज़ नूं लैके इलाके दीआं संगतां वालों रोस बहुत ज़्यादा वड्डा भारी पाया जा रहा है कि संगतां वालों पंजाब गौरमेंट ते सेंटर गौरमेंट नूं अपील भी है कि जो कारगुजारी है जो किसी दीआं भावना नाल जुड़े हुए स्थान सिख संगत दीआं भावना नाल जुड़े हुए गुरु नानक नाम लेवा सिखां दे उह पावन शहीदी स्थान नूं उस तरह बरकरार रखा जाए तो जड़ियाँ गौरमेंटा जिन्हों के फर्ज बनते हैं कि मनुखता दे हर थान दे जो जान माल की हर चीज़ की राखी करनी ये जो उन्होंने अहदे मिले हुए ने उन्हां मुताबक उन्होंने जो बनता है वह अपना कार्य करना चाहिए है तो उतों की जी कार सेवा है वह भी इलाके वालों जो है संगतों वालों उत्थे रल मिल के जो वो उपराले जड़े आ गौरमेंट तक प्रयोज उतों की श्रोमणी जी प्रबंधक कमेटी है उन्होंने अप्रोच करके वह भी जे रजिंदर सिंह रूपी वीर जी ने जोड़े अमृतसर तो श्रोमणी कमेटी वालों उन्होंने भी राबता कायम करके कि उन्होंने उधर लिंक है उस तरीके गलबात चल रही है सो साड़ी सारे की यह पुरजोर बेनती भी है तो संगत वालों जिस तरह भी समझा जाए इशारा भी है कि शहीद भाई तारू सिंह जी के स्थान उस तरह बरकरार रखा जाए इस साड़िया भावनाव जुड़िया हुई ने भावनावान जो ठेस पहुँचती है तो अगों की होंगे है ये गुरु का सिख फिर बर्दाश्त नहीं करता सो ये जी जिम्मेवारी जिते जिते बनती है उन्होंने संभालिया जाए ना कि शहीद सिंह दड़िया ने खुशियां भी बहुत ने दूजे पासे कार्ज हो जाए तो फिर कुलों तक भी जड़ा है वो लेखा देना पैदा है सो इस बेनती प्रवान करो मीडिया ताई इन्ह गुरमुख प्यार नहीं जितों तक गल जा रही है सो सारे गल वल सारे अजदे हुए इस भारी कट वल ध्यान दे के इस कार्ज में जड़ा है उस स्थान नू क्योंकि असी उत्थे जिहड़ा होर स्थान है उहदी कोई निरादरी कोई होर तरह का नहीं किसी तरह का भी साडा कोई मन नहीं ते गल नहीं स्थान इत्थे भी ने बहुत ते फिर जदों गल दे पासे चल पवे ते कई तरह के मसले बन जाते हैं सो इन्हां मसलों नू बणन तों रोकिया जावे साडी इस बेनती नू प्रवान करो वाहिगुरू जी का खालसा वाहिगुरू जी की फतह ਇਹ ਸਨ ਜੀ ਬਾਬਾ ਹਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਬਾਬਾ ਜੀ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਤੁਲਾ ਦੇ ਇਤਿਹਾਸ ਬਾਰੇ ਬੜਾ ਚਾਨਣਾ ਪਾਇਆ ਹੈ ਵਿਸਥਾਰ ਸਹਿਤ ਦੱਸਿਆ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਸ ਬਾਰੇ ਦਖਲ ਦੇਣਾ ਚਾਹੀਦਾ ਹੈ ਉਹਨਾਂ ਦਾ ਇੰਨੇ ਸਥਾਨਕ ਸਰਕਾਰ ਅਤੇ ਪਾਕਿਸਤਾਨ ਸਰਕਾਰ ਤੱਕ ਵੀ ਮਤਲਬ ਇਸ ਵਿੱਚ ਦਖਲ ਦੇਣ ਦੀ ਉਹਨਾਂ ਨੇ ਮੰਗ ਕੀਤੀ ਹੈ ਹੁਣ ਅਸੀਂ ਸਾਡੇ ਨਾਲ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਦੇ इस गुरद्वारा साहब के प्रधान मौजूद ने जथेदार प्यारा सिंह उन्होंने जानते हैं कि पंजाब सरकार ते केंद्र सरकार वालों जो कदम उठाए गए जा रहे ने उदे तो की वो संतुष्ट ने यानी जी जो
ਇਹ ਮਾਮਲਾ ਹੈ, ਇਸ ਬਾਰੇ ਜੋ ਸਰਕਾਰ ਵੱਲੋਂ ਆਪਣੀ ਵੱਲੋਂ ਕਦਮ ਉਠਾਏ ਜਾ ਰਹੇ ਆ, ਉਹਦੇ ਤੋਂ ਤੁਸੀਂ ਸੰਤੁਸ਼ਟ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਆ ਵੀ ਗੌਰਮੈਂਟਾਂ ਦਾ ਇਹ ਫਰਜ਼ ਬਣਦਾ ਹੈ ਕਿ ਹਰ ਇੱਕ ਧਰਮ ਦੀ ਰੱਖਿਆ ਕਰਨੀ। ਧਰਮ ਸਾਰੇ ਸ਼ਲਾਘਾਯੋਗ ਹੁੰਦੇ ਨੇ, ਇਹ ਵਾਸਤੇ ਅਸੀਂ ਆਪਣੀਆਂ ਗੌਰਮੈਂਟਾਂ ਨੂੰ, ਦੋਵਾਂ ਗੌਰਮੈਂਟਾਂ ਨੂੰ ਅਪੀਲ ਕਰਦੇ ਹਾਂ, ਪਾਕਿਸਤਾਨ ਵਾਲਿਆਂ ਨੂੰ ਵੀ, ਹਿੰਦੁਸਤਾਨ ਵਾਲਿਆਂ ਨੂੰ ਵੀ, ਕਿ ਆਪਣੇ ਦੋਵਾਂ ਧਰਾਂ ਰਲ ਕੇ ਇਸ ਸਥਾਨ ਦੀ ਸੁਰੱਖਿਆ ਕੀਤੀ ਜਾਵੇ, ਕਿ ਉਹ ਸ਼ਹੀਦੀ ਸਥਾਨ ਆ ਜੋ ਜਿਹਨੇ 22 ਦਿਨ ਖੋਪੜੀ ਲਵਾ ਕੇ ਅਤੇ ਤਪੱਸਿਆ ਕੀਤੀ ਆ। ਬਾਕੀ ਜੋ ਮੇਰੇ ਮੁਸਲਮਾਨ ਵੀਰ ਇਹਨੂੰ ਟਾਉਣਾ ਚਾਹੁੰਦੇ ਆ, ਉਹਨਾਂ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਕਿ ਜ਼ਕਰੀਆ ਖਾਨ ਨੇ ਜਦੋਂ ਭਾਈ ਤਾਰੂ ਸਿੰਘ ਦੀ ਖੋਪੜੀ ਲਵਾਈ ਸੀ ਅਤੇ ਭਾਈ ਤਾਰੂ ਸਿੰਘ ਜੀ ਦੇ ਗੋਲ ਨਿਕਲਿਆ ਮੂੰਹ ਦੇ ਵਿੱਚੋਂ ਕਿ ਤੈਨੂੰ ਜੁੱਤੀ ਗਾੜੀ ਲਾ ਕੇ ਖੜਨਾ ਹੈ। 21 ਦਿਨ ਉਹਨੂੰ ਜੁੱਤੀਆਂ ਦੀ ਮਾਰ ਪੈਂਦੀ ਰਹੀ, ਉਹ 21 ਦਿਨ ਜੁੱਤੀਆਂ ਦੀ ਮਾਰ ਖਾਂਦਾ ਹੋਇਆ ਉਹ ਸਵਾਹ ਛੱਡ ਗਿਆ ਅਤੇ ਸ਼ਹੀਦ ਸਿੰਘਾਂ ਨੇ ਜਕਾਰੇ ਛੱਡ ਕੇ ਆਪਣੇ ਸੱਚਖੰਡ ਦੀ ਤਿਆਰੀ ਕੀਤੀ। ਇਹ ਵਾਸਤੇ ਮੈਂ ਬੇਨਤੀ ਕਰਦਾ ਵਾਂ ਕਿ ਸਾਰੀਆਂ ਗੌਰਮੈਂਟਾਂ ਨੂੰ ਕਿ ਇਹ ਤੁਹਾਡਾ ਫਰਜ਼ ਬਣਦਾ ਵਾ ਹਰ ਧਰਮ ਦੀ ਰੱਖਿਆ ਕਰਨੀ, ਇਹਨਾਂ ਨੂੰ ਸੁਰੱਖਿਅਤ ਰੱਖਣਾ। ਜੇਕਰ ਤੁਸੀਂ ਕੋਈ ਅਣਗਹਿਲੀ ਕੀਤੀ, ਜੇ ਗੌਰਮੈਂਟਾਂ ਨੇ ਕੋਈ ਸਟੈਂਡ ਨਾ ਲਿਆ, ਆ ਜਿੰਨੇ ਵੀ ਸਿੱਖ ਸੰਗਤਾਂ ਨੇ, ਇਲਾਕੇ ਦੀਆਂ ਸੰਗਤਾਂ ਨੇ, ਬਾਬਾ ਜੀ ਖੜ੍ਹੇ ਨੇ, ਜੋ ਸਾਰੇ ਪਿੰਡ ਨੇ, ਪੰਜਾਬ ਵਾਸੀ ਨੇ, ਨਾਲ ਬਾਬਾ ਬਿਧੀ ਚੰਦ ਦੇ ਸਿੰਘ ਵੀ ਆਏ ਨੇ, ਇਹਨਾਂ ਸਾਰਿਆਂ ਨੂੰ ਇਹ ਗੌਰਮੈਂਟਾਂ ਨੂੰ ਪੂਰੀ ਜਿਹੜੀ ਬੇਨਤੀ ਆ ਵੀ ਜੇਕਰ ਤੁਸੀਂ ਨਾ ਕੋਈ ਸਟੈਂਡ ਲਿਆ ਤਾਂ ਅਸੀਂ ਆਪਣੇ ਤੌਰ 'ਤੇ ਸਭ ਤੋਂ ਸਖ਼ਤ ਸਟੈਂਡ ਲਵਾਂਗੇ। ਇਹ ਵਾਸਤੇ ਇਹਦਾ ਕੋਈ ਰਿਜ਼ਲਟ ਗਲਤ ਵੀ ਨਿਕਲ ਸਕਦਾ ਹੈ। ਇਹ ਵਾਸਤੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹਨੂੰ ਸੁਰੱਖਿਅਤ ਕੀਤਾ ਜਾਵੇ, ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕੀਤੀ ਜਾਵੇ। ਜੈਦਰ ਜੀ, ਉਹ ਸਥਾਨ ਜਿਹੜਾ ਸ਼ਹੀਦੀ ਸਥਾਨ ਆ, ਉੱਥੋਂ ਦਾ ਪ੍ਰਬੰਧ ਜਿਹੜਾ ਹੈ ਉਹ ਪਾਕਿਸਤਾਨ ਦੇ ਅਵੈਕਿਊ ਬੋਰਡ ਵੱਲੋਂ ਵੇਖਿਆ ਜਾ ਰਿਹਾ ਹੈ। ਉਹਨਾਂ ਦੇ ਜਿਹੜੇ ਉੱਥੇ ਪ੍ਰਬੰਧਕ ਨੇ, ਉੱਥੇ ਬੇਸ਼ੱਕ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ, ਲੇਕਿਨ ਜਿਹੜੇ ਅਵੈਕਿਊ ਬੋਰਡ ਸਕੱਤਰ ਸਨਾਉਲਾ ਖਾਨ ਦੇ ਹਵਾਲੇ ਨਾਲ ਬੁਲਾਰੇ ਆਮਿਰ ਹਾਸ਼ਮੀ ਨੂੰ ਇਹ ਬਿਆਨ ਆਇਆ ਹੈ ਕਿ ਇਹ ਜਗ੍ਹਾ ਜਿਹੜੀ ਹੈ ਇਹ ਸਿੱਖਾਂ ਦੇ ਸ਼ਹੀਦ ਆਪਣੇ ਭਾਈ ਤਾਰੂ ਸਿੰਘ ਕੂਲਾ ਦੀ ਹੈ ਅਤੇ ਇਹਨੂੰ ਟਹਿਣ ਨਹੀਂ ਦਿੱਤਾ ਜਾਵੇਗਾ। ਇੱਥੋਂ ਤੱਕ ਇਹ ਉਹਨਾਂ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਅਜਿਹੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹਦੇ ਤੋਂ ਕੀ ਤੁਸੀਂ ਸੰਤੁਸ਼ਟ ਜੇ ਕਿ ਉੱਥੋਂ ਦੀ ਸਰਕਾਰ ਦਾ ਦਖਲ ਮੰਗਦੇ ਜੇ ਜਾਂ ਬਿਆਨ ਮੰਗਦੇ? ਵੇਖੋ ਜੀ, ਇਸ ਗੱਲ 'ਤੇ ਯਕੀਨ ਤਾਂ ਕਰਨਾ ਪੈਂਦਾ ਜੇ ਕੋਈ ਬਿਆਨ ਦੇਵੇ ਅਤੇ ਜੇ ਉਹਦੇ 'ਤੇ ਅਸਰ ਕਰੂ ਅਤੇ ਉਹਦਾ ਬਹੁਤ ਬਹੁਤ ਧੰਨਵਾਦ ਹੈ, ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਲਊਗਾ, ਆਪਣੀਆਂ ਕੋਲਾਂ ਜਿਹੜੀਆਂ ਸੁਧਾਰ ਲਊਗਾ। ਜੇਕਰ ਉਹ ਨਾ ਸਟੈਂਡ ਲੈਣਗੇ, ਫਿਰ ਸਿੱਖ ਸੰਗਤ ਦੇ ਤੁਹਾਨੂੰ ਪਤਾ ਹੀ ਸਟੈਂਡ ਲੈਣ ਜਾਣਦੀ ਆ, ਫਿਰ ਇਹਨਾਂ 'ਤੇ ਆਪਣੇ ਸਟੈਂਡ ਲੈਣੇ ਹੀ ਆ। ਇਹਦੇ ਰਿਜ਼ਲਟ ਜਿਹੜੇ ਵੀ ਕੋਈ ਗਲਤ ਵੀ ਨਿਕਲ ਸਕਦੇ, ਕੋਈ ਚੰਗੇ ਵੀ ਨਿਕਲ ਸਕਦੇ ਆ, ਕਿ ਉਹਨਾਂ ਦੇ ਵੀ ਧਰਮ ਸਥਾਨ ਇੱਧਰ ਬਹੁਤ ਨੇ ਜਿਨ੍ਹਾਂ ਦੀ ਆਪਣੇ ਸਿੱਖ ਸੰਗਤਾਂ ਪੂਰਾ ਇਤਮਾਨ ਕਰਦੀਆਂ ਨੇ, ਦਿਨ ਮਨਾਉਂਦੀਆਂ ਨੇ, ਦੀਵੇ ਜਗਾਉਂਦੀਆਂ ਨੇ, ਚਾਦਰਾਂ ਚੜ੍ਹਾਉਂਦੀਆਂ ਨੇ, ਚੂਰਮੇ ਮੜਦੀਆਂ ਨੇ, ਕੋਈ ਉਹਨਾਂ 'ਤੇ ਰੋਕ ਟੋਕ ਨਹੀਂ ਕੀਤੀ ਜਾਂਦੀ। ਇਹ ਬਾਬਾ ਜੀ, ਉੱਥੋਂ ਦੀ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਾਲ 1980 ਦੇ ਵਿੱਚ ਲਾਹੌਰ ਹਾਈ ਕੋਰਟ ਵੱਲੋਂ ਇਸ ਕੇਸ ਦਾ ਜਿਹੜਾ ਫੈਸਲਾ ਸੀ ਉਹ ਸਿੱਖਾਂ ਦੇ ਹੱਕ ਵਿੱਚ ਦਿੰਦਿਆਂ ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਮਤਲਬ ਐਲਾਨਿਆ ਗਿਆ ਸੀਗਾ, ਫੈਸਲਾ ਸਿੱਖਾਂ ਦੇ ਹੱਕ ਵਿੱਚ ਦਿੱਤਾ ਗਿਆ ਸੀਗਾ। ਅਤੇ ਉਸ ਤੋਂ ਬਾਅਦ ਹੁਣ ਤੱਕ ਇਹ ਮਾਮਲਾ ਜਿਹੜਾ ਆ ਬਿਲਕੁਲ ਸ਼ਾਂਤ ਰਿਹਾ ਹੈ। ਹੁਣ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਜਿਹੜਾ ਫਿਰ ਚਰਚਾ ਦੇ ਵਿੱਚ ਆਇਆ ਹੈ। ਕੀ ਤੁਸੀਂ ਮੰਨਦੇ ਜੇ ਜਿਸ ਤਰ੍ਹਾਂ ਪਿੱਛੇ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਹੈ ਉੱਥੋਂ ਦੀ ਗੌਰਮੈਂਟ ਇਮਰਾਨ ਖਾਨ ਵੱਲੋਂ ਜਿਹੜਾ ਆ ਇਹ ਕੋਸ਼ਿਸ਼ ਕਰਕੇ ਅਤੇ ਇੱਥੋਂ ਦੇ ਕੁਛ ਨੇਤਾਵਾਂ ਵੱਲੋਂ ਜਿਹੜਾ ਆ ਸਿੱਖਾਂ ਅਤੇ ਮੁਸਲਮਾਨਾਂ ਨੂੰ ਜਾਂ ਭਾਰਤੀਆਂ ਨੂੰ ਅਤੇ ਸਿੱਖਾਂ ਮਤਲਬ ਮੁਸਲਮਾਨਾਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਆ, ਕੀ ਸਮਝਦੇ ਜੇ ਕਿ ਕੁਝ ਸ਼ਰਾਰਤੀ ਅੰਸਰਾਂ ਦੀ ਇਹ ਸ਼ਰਾਰਤ ਹੋ ਸਕਦੀ ਕਿ ਇੱਕ ਬੰਦੇ ਵੱਲੋਂ ਇਹ ਵੀਡੀਓ ਵਾਇਰਲ ਕਰਕੇ ਅਤੇ ਜਿਹੜਾ ਨੇੜੇ ਵੱਧ ਰਿਹਾ ਪਿਆਰ ਆ ਜਾਂ ਕਰਤਾਰਪੁਰ ਲਾਂਘਾ ਆ ਉਹਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਇਹ ਤੁਹਾਡੇ ਇਹ ਬਾਰੇ ਤੁਸੀਂ ਕੀ ਕਹਿਣਾ ਚਾਹੋ? ਇਹ ਗੱਲ ਸਹੀ ਪਾਈ ਜਾ ਸਕਦੀ ਆ ਵੀ ਕਈ ਅਨੁਸਾਰ ਇਹੋ ਜਾਂਦੇ ਜਿਹੜੇ ਵੀ ਜੋ ਕੱਤਰਤਾਈਆਂ ਵੇਖ ਕੇ ਕੁਛ ਨਹੀਂ ਹੁੰਦੇ, ਅਤੇ ਇਸ ਵਾਸਤੇ ਉਹ ਦੋਵੇਂ ਜਦੋਂ ਹਿੰਦੂ ਮੁਸਲਮਾਨ ਜਾਂ ਸਿੱਖਾਂ ਦੀ ਇਕੱਤਰਤਾਈ ਹੋਵੇ ਕਰਤਾਰਪੁਰ ਦਾ ਲਾਂਘੇ ਹੋਵੇ ਅਤੇ ਦੋਵੇਂ ਕੌਮਾਂ ਬੜੇ ਖੁਸ਼ ਆਣੇ। ਪਾਕਿਸਤਾਨ ਵਾਲੇ ਇਮਰਾਨ ਖਾਨ ਨੂੰ ਵੀ ਬਹੁਤ ਵਧਾਈਆਂ ਦਿੱਤੀਆਂ ਵੀ ਇਹਨੇ ਬਹੁਤ ਚੰਗਾ ਕੰਮ, ਅਤੇ ਇਹਦੇ ਵਿੱਚ ਕਈ ਬੰਦੇ ਗਲਤ ਅਨਸਰ ਵੀ ਹੁੰਦੇ ਵੀ ਜਿਹੜੀ ਇਹ ਚੀਜ਼ ਮੈਂ ਸਿਰੇ ਚੜ੍ਹ ਨਹੀਂ ਦੇਣੀ, ਅਤੇ ਇਹ ਵੀ ਪਾਇਆ ਜਾ ਸਕਦਾ ਹੋਵੇ ਵੀ ਕਿਸੇ ਅਨਸਰ ਦੀ ਇਹ ਸ਼ਰਾਰਤ ਹੋਵੇ ਵੀ ਇਹ ਦੁਨੀਆ ਜਿਹੜੀ ਆਪਣੀ ਭੱਟ ਕੁੱਟੇ ਦੇ ਇਹਨਾਂ ਦੇ ਦਿਖਾੜ ਹੋ ਜਾਣ, ਕਰਤਾਰਪੁਰ ਦਾ ਲਾਂਘਾ 'ਚ ਵੀ ਰੋਕ ਪੈ ਜੇ, ਭਾਈ ਤਾਰੂ ਸਿੰਘ ਦੇ ਸਥਾਨ 'ਤੇ ਵੀ ਕੋਈ ਰੁਕਾਵਟਾਂ ਪੈ ਜਾਣ। ਅਤੇ ਵਾਸਤੇ ਇਮਰਾਨ ਖਾਨ ਗਾੜੀ ਵੀ ਇਹ ਬੇਨਤੀ ਕਰਦੇ ਹਾਂ ਵੀ ਇਹ ਸੁਲਝਿਆ ਹੋਇਆ ਆਦਮੀ ਹੈ, ਜਿਸ ਤਰ੍ਹਾਂ ਉਹ ਕਰਤਾਰਪੁਰ ਲਾਂਘੇ ਦੇ ਵਿੱਚ ਉਹਨੇ ਦਖਲ ਅੰਦਾਜ਼ੀ ਕਰਕੇ ਆਪਣਾ ਸਾਰਾ ਯੋਗਦਾਨ ਪਾਇਆ, ਇਹ ਸ਼ਹੀਦ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਵਿੱਚ ਵੀ ਉਹਨੂੰ ਉਸੇ ਹੀ ਹੋਣਾ ਚਾਹੀਦਾ, ਜਿਸ ਤਰ੍ਹਾਂ ਉਹ ਆਪਣਾ ਹਰ ਧਰਮ ਦੀ ਬਰਕਰਾਰ ਰੱਖਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਇਹ ਨੇੜਲੇ ਪਿੰਡ ਵੀਰਮ ਦੇ ਜਥੇਦਾਰ ਕੁਝ ਪਹੁੰਚੇ ਹੋਏ ਨੇ ਤੇ ਹੋਰ ਵੀ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਅੱਜ ਦੇ ਇਸ ਮਸਲੇ ਦੇ ਸੰਬੰਧ ਦੇ ਵਿੱਚ ਪਹੁੰਚ ਕੇ ਆਪਣੀ ਆਪਣੀ ਹਾਜ਼ਰੀ ਲਵਾਈ ਗਈ ਹੈ ਤੇ
उस तों बाद असीं हुण इत्थों दे जिहड़ी पंचायत है सरपंच साहब नाल गल करदे आ ते उहनां तों जाणदे आ कि उहनां दे मनां दे विच इस मामले नूं लै के की शंका ने ते उह इसदा की हल चाहुंदे ने ते की विचार ने उहनां दे। सरपंच साहब की कहना चाहुंदे जिस मसले दे? देखो जी, उह मसले दा ते सारा बाबा जी उहनां ने दस ही दित्ता। ਜਿੱਦਾਂ ਹਾਂ, ਇਹ ਮਸਲਾ ਤੀਜੀ ਵਾਰ ਅੱਗੇ ਉੱਠ ਪਿਆ। ਆਪਣੀਆਂ ਬਹੁਤ ਵੱਡੀਆਂ ਕਾਰ ਸੇਵਾ ਚਲਵਾ ਰਹੇ ਆ ਬਾਬਾ ਮਹਿੰਦਰ ਸਿੰਘ ਜੀ ਦਿੱਲੀ ਵਾਲੇ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਜਗਤਾਰ ਸਿੰਘ ਜੀ ਤਰਨ ਤਾਰਨ ਵਾਲੇ। ਇਹਨਾਂ ਨੂੰ ਚਾਹੀਦਾ ਵੀ ਉਹ ਛੋਟਾ ਗੁਰਦੁਆਰੇ ਤੋਂ ਵੱਡਾ ਗੁਰਦੁਆਰਾ ਬਣਾ ਦੇਣ, ਜਿਹੜਾ ਇਹੋ ਜਿਹਾ ਮਸਲਾ ਹੀ ਨਾ ਉੱਠੇ, ਕਿ ਮਸਲਾ ਹੀ ਖਤਮ ਕੀਤਾ ਜਾਵੇ, ਮਸਲਾ ਕੋਈ ਰਹਿ ਹੀ ਨਾ ਜਾਵੇ ਕੋਲ ਇਹ ਛੋਟੇ ਜਿਹੇ ਗੁਰਦੁਆਰੇ ਦਾ। ਗੁਰਦੁਆਰੇ ਆਪਾਂ ਏਡਾ ਵੱਡਾ ਬਣਾ ਦਈਏ ਜਿੱਡੀ ਵੱਡੀ ਸ਼ਹੀਦੀ ਕੁਰਬਾਨੀ ਹੈ। ਜਹੇਦਾਰ ਜੀ, ਗੁਰਦੁਆਰਾ ਸਾਹਿਬ ਜੋ ਆਪਣਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸਥਾਨ ਨੇ, ਉੱਥੇ ਇਹ ਆਪਣਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਸਮਾਧ ਬਣਾਈ ਗਈ ਸੀ, ਉਸਦੇ ਨਾਲ ਇੱਕ ਗੁਰਦੁਆਰਾ ਸਾਹਿਬ ਆ ਜਿੱਥੇ ਝਗੜਾ ਇਸ ਗੱਲ ਦਾ ਪੈਦਾ ਹੋਇਆ ਹੈ ਕਿ ਉੱਥੋਂ ਦਾ ਜਿਹੜਾ ਸਹੇਲ ਭੱਟ ਵੀਡੀਓ ਵਾਇਰਲ ਕਰ ਰਿਹਾ, ਉਹ ਕਹਿੰਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਮਸਜਿਦ ਸੀ ਪਹਿਲਾਂ। ਉਹ ਉਸ ਜਗ੍ਹਾ ਵਾਲੀ ਗੱਲ ਦੇ ਨਾਲ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਉਸਦੀ ਗੱਲ ਕਰ ਰਹੇ ਆ, ਜੋ ਕਿ 1980 ਦੇ ਫੈਸਲੇ ਤੋਂ ਬਾਅਦ ਜਿਹੜਾ ਵਾ ਉੱਥੇ ਬਹੁਤ ਵੱਡਾ ਵੱਡੇ ਰੂਪ ਵਿੱਚ ਪਹਿਲੇ ਬਣਿਆ ਹੋਇਆ। ਉਸ ਦੀ ਗੱਲ ਚੱਲ ਰਹੀ ਹੈ ਕਿ ਉੱਥੇ ਸਾਡੀ ਮਸੀਤ ਸੀ, ਨਾ ਕਿ ਉਸ ਉਰਲੀ ਜਗ੍ਹਾ ਦੀ ਗੱਲ ਚੱਲ ਰਹੀ ਹੈ। ਨਹੀਂ ਪੰਨੂ ਸਾਹਿਬ, ਗੱਲ ਇਹ ਆ ਜੀ, ਇਹ ਜਦੋਂ ਸ਼ਹੀਦ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਵਾ ਜਗਰੀਆ ਖਾਨਾਂ ਨੂੰ ਹੁਕਮ ਦੇ ਕੇ, ਉਹ 22 ਦਿਨ ਉਸੇ ਹੀ ਜਗ੍ਹਾ 'ਤੇ ਬੈਠ ਕੇ ਉਹਨਾਂ ਨੇ ਤਪੱਸਿਆ ਕੀਤੀ ਆ। ਬਾਅਦ ਦੇ ਵਿੱਚ 22 ਦਿਨ ਦੇ ਬਾਅਦ ਜਦੋਂ ਚਿੱਤਰ ਖਾਂਦਾ ਹੋਇਆ 22 ਦਿਨ ਉਹਦੀ ਚੜ੍ਹਾਈ ਹੋ ਜਾਂਦੀ ਆ, ਸ਼ਬੇਗ ਸਿੰਘ ਅਤੇ ਸ਼ਬਾਜ ਸਿੰਘ ਆ ਕੇ ਦੱਸਦੇ ਆ ਵੀ ਸ਼ਹੀਦ ਸਿੰਘਾਂ ਨੂੰ ਵੀ ਜਕਰੀਆ ਖਾਨ ਮਰ ਗਿਆ ਵਾ। ਉਸ ਤੋਂ ਬਾਅਦ ਸ਼ਹੀਦ ਸਿੰਘ ਅਰਦਾਸਾ ਸੋਧ ਕੇ ਅਤੇ ਸੱਚਖੰਡ ਨੂੰ ਜਾਂਦੇ ਆ। ਉੱਥੇ ਕੋਈ ਮਸਜਿਦ ਨਹੀਂ ਹੈਗੀ, ਕੋਈ ਗੱਲ ਨਹੀਂ ਹੈਗੀ, ਉੱਥੇ ਗੁਰਦੁਆਰਾ ਹੀ ਬਣਨਾ ਚਾਹੀਦਾ ਵਾ। ਅਸੀਂ ਇਹਨਾਂ ਨੂੰ ਬਾਬੇ ਕਸ਼ਮੀਰ ਸਿੰਘ ਨੂੰ ਹੋਰ ਬਾਬੇ ਮਹਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਬਹੁਤ ਵੱਡਾ ਜਿੱਦਾਂ ਸ਼ਹੀਦ ਸਿੰਘਾਂ ਦੇ ਬੋਲੇ ਅਟਲ ਹੋਏ ਆ ਵੀ ਅਸੀਂ ਇਹਨੂੰ ਜੁੱਤੀ ਦੇ ਗਾੜੀ ਲਾ ਕੇ ਲੈ ਕੇ ਜਾਣਾ ਵਾ, ਉੱਦਾਂ ਦਾ ਹੀ ਗੁਰਦੁਆਰਾ ਉਹਨਾਂ ਦਾ ਉੱਥੇ ਬਣਨਾ ਚਾਹੀਦਾ ਵਾ ਜਿੱਥੇ ਸ਼ਹੀਦੀ ਉਹਨਾਂ ਦੀ ਹੋਈ ਹੈ ਜੀ। ਇਸ ਮਸਲੇ ਦੇ ਸੰਬੰਧ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਖੁੱਲ੍ਹ ਕੇ ਬਿਆਨ ਦਿੱਤਾ ਗਿਆ ਟਵਿੱਟਰ ਦੇ ਉੱਤੇ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਜਿਹੜੇ ਵਿਦੇਸ਼ ਮੰਤਰਾਲੇ ਐਸ ਜੈਸ਼ੰਕਰ ਨੂੰ ਕਿਹਾ ਕਿ ਉਹ ਇਹਦੇ ਸੰਬੰਧ ਵਿੱਚ ਦਖਲ ਦੇ ਕੇ ਪਾਕਿਸਤਾਨ ਦੀ ਸਰਕਾਰ ਨੂੰ ਕਹਿਣ ਕਿ ਇਹ ਮਤਲਬ ਇਸ ਮਸਲੇ ਨੂੰ ਜਿਹੜਾ ਵਾ ਬਿਲਕੁਲ ਸੰਜੀਦਗੀ ਦੇ ਨਾਲ ਹੱਲ ਕੀਤਾ ਜਾਵੇ। ਉਹਦੇ ਤੋਂ ਤੁਸੀਂ ਸੰਤੁਸ਼ਟ ਜੇ? ਵਧੀਆ ਕੰਮ ਕੀਤਾ? ਬਿਲਕੁਲ ਜੀ, ਬਹੁਤ ਖੁਸ਼ ਹਾਂ ਕਿਉਂਕਿ ਆਪਣੇ ਕੈਪਟਨ ਅਮਰਿੰਦਰ ਸਾਹਿਬ ਵੀ ਇੱਕ ਸਿੱਖ ਆ, ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਆ ਉਹ, ਅਤੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਵਾ, ਉਹਨਾਂ ਨੂੰ ਹੋਰ ਇਹ ਤੋਂ ਵੱਧ ਕਦਮ ਗਾੜੀ ਕਰਨੇ ਚਾਹੀਦੇ ਆ, ਕਿਉਂਕਿ ਇਹ ਤੋਂ ਵੀ ਵੱਧ ਜਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਸ਼ਹੀਦਾਂ ਸਿੰਘਾਂ ਦੇ ਖੁਸ਼ੇ ਲੈ ਸਕਣ। ਕੇਂਦਰ ਸਰਕਾਰ ਦੀ ਭੂਮਿਕਾ ਤੋਂ ਖੁਦ ਜੇ ਉਹਨਾਂ ਨੇ ਅੱਜ ਵਿਦੇਸ਼ ਮੰਤਰਾਲੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਸਰਕਾਰ ਜਿਹੜੀ ਆ ਇਹਦੇ ਵਿੱਚ ਤੁਰੰਤ ਦਖਲ ਦੇਵੇ, ਉਹਦੀ ਭੂਮਿਕਾ ਤੋਂ ਖੁਸ਼ ਜੇ ਜਾਂ ਇਹਦੇ ਸੰਬੰਧ 'ਚ ਹੋਰ ਚਾਹੁੰਦੇ ਜੇ ਕਿ ਪ੍ਰਧਾਨ ਮੰਤਰੀ ਲੈਵਲ ਦਾ ਬਿਆਨ ਆਵੇ ਜਾਂ ਵਿਦੇਸ਼ ਮੰਤਰੀ ਲੈਵਲ ਦਾ ਕੋਈ ਬਿਆਨ ਆਵੇ ਜਾਂ ਕਿਹੋ ਜਿਹੇ ਮਤਲਬ ਇਹਦੇ 'ਤੇ ਸਫਾਈ ਜਾਂ ਪਾਕਿਸਤਾਨ ਦੀ ਸਰਕਾਰ ਤੋਂ ਬਿਆਨ ਚਾਹੁੰਦੇ? ਨਹੀਂ, ਖੁਸ਼ ਵੀ ਹਾਂ ਵੀ ਬਹੁਤ ਵਧੀਆ ਬਿਆਨ ਦਿੱਤਾ ਉਹਨਾਂ ਨੇ, ਅਤੇ ਹੋਰ ਪ੍ਰਧਾਨ ਮੰਤਰੀ ਸਾਹਿਬ ਦੇਣ, ਇਮਰਾਨ ਖਾਨ ਸਾਹਿਬ ਨੂੰ ਕਿਹਾ ਜਾਵੇ, ਜਿੱਦਾਂ ਹੁਣ ਸਿੱਧੂ ਸਾਹਿਬ ਇਮਰਾਨ ਖਾਨ ਦੀ ਇੱਕ ਗੱਲ ਆ, ਸਿੱਧੂ ਸਾਹਿਬ ਨੂੰ ਇਹਦੇ ਗਾੜੀ ਇਸ ਮਸਲੇ 'ਤੇ ਚਾਹੁੰਦਾ ਚਾਹੀਦਾ ਵਾ, ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਕਿੰਨੀਆਂ ਮੁਸ਼ਕਲਾਂ ਆਈਆਂ, ਸਿੱਧੂ ਸਾਹਿਬ ਅਤੇ ਇਮਰਾਨ ਖਾਨ ਨੇ ਬਹੁਤ ਰਲ ਕੇ ਇਹ ਮਸਲੇ ਨੂੰ ਸੁਲਝਾ ਕੇ ਅਤੇ ਨੇਪਰੇ ਚੜ੍ਹਾਇਆ ਵਾ, ਉਸੇ ਤਰ੍ਹਾਂ ਹੀ ਇਹ ਮਸਲਾ ਸੁਲਝਾਉਣ। ਇਹ ਸਨ ਜੀ ਸਾਡੇ ਨਾਲ ਸਰਪੰਚ ਪਿੰਡ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਦੇ, ਅਤੇ ਇੱਥੇ ਨਾਲ ਹੀ ਸਾਡੇ ਬਜ਼ੁਰਗ ਨੇੜਲੇ ਪਿੰਡ ਤੋਂ ਪੁੱਜੇ ਹੋਏ ਨੇ ਜੋ ਉੱਥੋਂ ਦੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਦੇ ਸਥਾਨ ਦੇ ਪ੍ਰਧਾਨ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਅੱਜ ਦੇ ਇਸ ਮਾਮਲੇ ਬਾਰੇ ਕੀ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼ਹੀਦ ਭਾਈ ਤਾਰੂ ਸਿੰਘ ਦਾ ਜੋ ਵੀ ਸਥਾਨ ਬਣਿਆ ਹੈ ਬਹੁਤ ਬੰਦਗੀ ਵਾਲਾ ਸਥਾਨ ਹੈ, ਜਿੱਥੇ 21 ਦਿਨ ਉਹਨਾਂ ਨੇ ਬੰਦਗੀ ਕੀਤੀ ਹੈ ਉਸ ਸਥਾਨ ਦੇ ਉੱਤੇ, ਉਸਨੂੰ ਢਾਹੁਣ ਦੇ ਨਾਲ ਸਿੱਖਾਂ ਨੂੰ ਬਹੁਤ ਜ਼ਿਆਦਾ ਜਥੇਬੰਦੀਆਂ ਨੂੰ ਠੋਸ ਵੱਜ ਰਹੀ ਹੈ। ਇਹਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਨਹੀਂ ਇਸ ਕੰਮ ਪੁੱਠੇ ਬੰਨੇ ਨਹੀਂ ਜਾਣਾ ਚਾਹੀਦਾ, ਬਹੁਤ ਵੱਡੀ ਬੰਦਗੀ ਆ। 21 ਦਿਨ ਬਾਅਦ ਸ਼ਹੀਦ ਭਾਈ ਤਾਰੂ ਸਿੰਘ ਨੇ ਸ਼ਹੀਦੀ ਪਾਈ ਆ, 21 ਦਿਨ ਜਿੱਦਾਂ ਰਹਿਣਾ ਖੋਪੜੀ ਤੋਂ ਬਗੈਰ ਕੋਈ ਥੋੜ੍ਹੀ ਜਿਹੀ ਗੱਲ ਨਹੀਂ ਜੇ। ਇਹਨੂੰ ਸ਼ਹੀਦਾਂ ਦੇ ਸਥਾਨ 'ਤੇ ਬਹੁਤ ਜ਼ਿਆਦਾ ਸਿੱਖਾਂ ਦੇ ਮਨਾਂ ਨੂੰ ਠੋਸ ਵੱਜ ਰਹੀ ਆ, ਇਹ ਬਿਲਕੁਲ ਇਹਨੂੰ ਬਰਕਰਾਰ ਰੱਖਣਾ ਚਾਹੀਦਾ, ਨਹੀਂ ਤਾਂ ਜਥੇਬੰਦੀਆਂ ਵੱਲੋਂ ਬਹੁਤ ਇਹਦਾ ਜਿਹੜਾ ਵਾ ਵਿਰੋਧ ਕੀਤਾ ਜਾਊਗਾ ਅਤੇ ਕਈ ਇਹਦੇ ਪੁੱਠੇ ਸਵਾਲ ਵੀ ਉੱਠ ਸਕਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਇਕੱਤਰ ਹੋਏ ਵੱਖ ਵੱਖ ਸਿੱਖ ਆਗੂਆਂ ਅਤੇ ਸਥਾਨਕ ਨੇੜਲੇ ਪਿੰਡਾਂ ਦੇ ਸਥਾਨਕ
सिख आगुआं अते होर शख्सियतां दीआं भावनावां तों इह पता लग रिहा है कि यह जो मुद्दा पाकिस्तान दे इक कुछ लोकां वल्लों जां मीडिया दे राहीं जो उठाया गया है उहदे उसनूं लै के इन्हां दे मनां दे विच काफ़ी रोस पाया जा रहा है। इन्हां सारिआं दी मंग आ कि जिथे पंजाब सरकार केंद्र सरकार तो यह मांग करते हैं कि इस मामले संबंधी सख्त स्टैंड लिया जाए उत्थे ये पाकिस्तान की सरकार के प्रधानमंत्री इमरान खान उतों के स्थानक पंजाब सरकार जी पाकिस्तान की अलावा उतों दिया जड़िया जथेबंदियां उन्हां तो भी ये मांग करते हैं कि इस मामले में तुरंत दखल दे के अजिहे लोगों खिलाफ उन्होंने नट पाई जाए तो अजय बयानबाजी करने वाले उस व्यक्ति खिलाफ मामला दर्ज करके उन्हों कानून के दायरे में लिया जाए। जिला तरन तारण के पिंड पुला तो ग्राउंड रिपोर्ट्स टीवी न्यूज इंडिया के कैमरामैन हरविंदर सिंह पाटिया के नाल पिशौरा सिंह पन्नू की रिपोर्ट।